बीटीसी ਚੈਨਲ ਤੇ ਇਨਫੋਕਸ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰ ਸਿੰਘ ਪੁੱਲਰ ਵੱਲੋਂ ਨਿਕਾ ਸਵਾਗਤ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਲੋਕਤੰਤਰ ਦੇਸ਼ਾਂ ਦੇ ਵਿੱਚ ਜਿੱਥੇ ਵੀ ਲੋਕਾਂ ਵੱਲੋਂ ਸਰਕਾਰ ਚੁਣੀ ਜਾਂਦੀ ਹੈ ਸਰਕਾਰ ਚੁਣੇ ਜਾਣ ਤੋਂ ਪਹਿਲਾਂ ਅਤੇ ਅਗਲੀਆਂ ਚੋਣਾਂ ਆਉਣ ਤੋਂ ਪਹਿਲਾਂ ਹਰ ਸਰਕਾਰ ਦਾ ਇਹ ਫਰਜ਼ ਬਣਦਾ ਹੈ ਤੇ ਕੋਸ਼ਿਸ਼ ਵੀ ਉਹਨਾਂ ਦੀ ਹੁੰਦੀ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਲੋਕਾਂ ਨੂੰ ਆਪਣੇ ਕੀਤੇ ਕੰਮਾਂ ਬਾਰੇ ਜਾਗਰੂਕ ਕਰ ਸਕੀਏ ਅਤੇ ਅਗਲੇ ਉਹਨਾਂ ਨਾਲ ਜਹੇ ਬਾਦੇ ਕਰ ਸਕੀਏ ਜਿਦੇ ਨਾਲ ਲੋਕ ਇੱਕ ਵਾਰ ਫਿਰ ਉਹਨਾਂ ਨੂੰ ਮੌਕਾ ਦੇ ਦੇਣ। ਅਸੀਂ ਅੱਜ ਉਹ ਗੱਲ ਕਰਨ ਜਾ ਰਹੇ ਹਾਂ ਉਹ ਕੈਨੇਡਾ ਦੇ ਸਭ ਤੋਂ ਵੱਡੇ 온ਟਾਰੀਓ ਸੂਬੇ ਦੀ ਕਰਨ ਜਾ ਰਹੇ ਹਾਂ ਜਿੱਥੇ ਇਸ ਸਾਲ ਜੂਨ ਮਹੀਨੇ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ 온ਟਾਰੀਓ ਅਸੈਂਬਲੀ ਦੀਆਂ। ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਅੱਜ ਮਹਿਮਾਨ ਨੇ ਬ੍ਰੈਂਟਨ ਨਾਰਥ ਤੋਂ ਚੋਣ ਲੜਨ ਜਾ ਰਹੇ ਹਰਿੰਦਰ ਕੌਰ ਮੱਲੀ ਜਿਹੜੇ ਕਿ ਮੌਜੂਦਾ ਐਮਪੀਪੀ ਨੇ ਲਿਬਰਲ ਪਾਰਟੀ ਦੇ ਤੋਂ ਹਰਿੰਦਰ ਜੀ ਤੁਹਾਡਾ ਨਿਗਾਹ ਸਵਾਗਤ ਥੈਂਕ ਯੂ ਜੀ ਤੇ ਸਾਰੇ ਪੀਟੀਸੀ ਇਨਫੋਕਸ ਪ੍ਰੋਗਰਾਮ ਤੇ ਕੰਵਨਨ ਮੇਰੇ ਵੱਲੋਂ ਪਿਆਰ ਭਰੇ ਸਹਿਸਤਰਿਕਾ ਜੀ ਹਰਿੰਦਰ ਜੀ ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੁੰਦਾ ਕਿ ਸਾਢੇ 3 ਸਾਲ 3 1/2 ਇਅਰ ਹੋ ਗਿਆ ਤੁਹਾਡੀ ਸਰਕਾਰ ਨੂੰ ਹੁਣ ਤੱਕ ਦੀਆਂ ਕੀ ਕੰਮ ਕੀਤੇ ਨੇ ਲੋਕਾਂ ਲਈ ਕੀ ਪ੍ਰਾਪਤੀਆਂ ਤੁਹਾਡੀ ਕਿੰ ਸਾਡੀ ਸਰਕਾਰ ਨੇ ਬਹੁਤ ਹੀ ਮਿਹਨਤ ਕੀਤੀ ਹੈ ਪਿਛਲੇ ਸਾਡੇ 3 ਸਾਲਾਂ ਦੇ ਵਿੱਚ ਵੀ ਜੋ ਸਾਡੀ ਕਮਿਊਨਿਟੀ ਦੀ ਆਵਾਜ਼ ਹੈ ਜੋ ਸਾਡੇ ਰੈਜ਼ਡੈਂਸ ਦੀ ਆਵਾਜ਼ ਹੈ ਉਹਨੂੰ ਅੱਗੇ ਲੈ ਕੇ ਜਾਈਏ ਤੇ ਉਹਦੇ ਤੇ ਇੱਕ ਪਾਲਿਸੀਜ਼ ਹੈ ਜਿਹੜੀਆਂ ਤਿਆਰ ਕਰੀ ਹੈ ਇਹ ਆਈ ਮੀਨ देयर ਆਰ ਸੋ ਮਨੀ ਥਿੰਗਸ ਥੈਟ ਆਈ ਕੈਨ ਸੇ ਆਰ ਗਵਰਨਮੈਂਟ ਹੈਸ ਅਕੰਪਲਿਸ਼ਡ ਇਨ ਲਾਸਟ ਫੋਰ ਯੀਅਰ 3 ਐਂਡ ਹਾਫ ਯੀਅਰਸ ਜਿਸ ਤਰ੍ਹਾਂ ਇਨਫਰਾਸਟ੍ਰਕਚਰ ਦੇ ਜਿਹੜੇ ਪ੍ਰੋਜੈਕਟਸ ਆ ਉਹਨਾਂ ਤੇ ਬਹੁਤ ਹੀ ਵੱਡੀ ਫੋਕਸ ਰੱਖੀ ਗਈ ਆ ਜਿਹੜੇ ਇਨਫਰਾਸਟ੍ਰਕਚਰ ਦੇ ਇਨਵੈਸਟਮੈਂਟਸ ਆ ਅਮ ਪਿਛਲੇ 1 ਮਹੀਨਾ ਪਹਿਲਾਂ ਸਾਡੇ ਜਿਹੜੇ ਆਨਰੇਬਲ ਮਿਨਿਸਟਰ ਆਫ ਟਰਾਂਸਪੋਰਟੇਸ਼ਨ ਮਿਨਿਸਟਰ ਦਲਦੂਕਾ ਇੱਥੇ ਸੀਗੇ ਉਹਦੇ ਵਿੱਚ ਸਾਨੂੰ ਜਿਹੜੀ ਹਾਈਵੇ ਦੀ ਵਾਈਡਨਿੰਗ ਆ ਹਾਈਵੇ 410 ਦੇ ਜੋ ਬ੍ਰੈਂਪਟਨ ਲਈ ਬਹੁਤ ਵੱਡਾ ਪ੍ਰੋਜੈਕਟ ਸੀਗਾ ਬਿਕਾਜ਼ ਟ੍ਰੈਫਿਕ ਬਹੁਤ ਵੱਧ ਗਿਆ ਸੀ ਬ੍ਰੈਂਪਟਨ ਦੀ ਵਾਦੀ ਵਧੀ ਸੀ ਉਹਦੇ ਨਾਲ ਨਾਲ ਸਾਨੂੰ ਹਾਈਵੇ ਨੂੰ ਐਕਸਪੈਂਡ ਕਰਨ ਦੀ ਜ਼ਰੂਰਤ ਸੀਗੀ ਉਹ ਅਨਾਉਂਸ ਕਰਕੇ ਗਏ ਆ ਤੇ ਜਿਹੜੀਆਂ ਪਹਿਲੀਆਂ ਦੋ ਦਿਨਾਂ ਉਸ ਪ੍ਰੋਜੈਕਟ ਚੈੱਕ ਕੀ ਉਹ ਖੁੱਲ ਚੁੱਕੀਆਂ ਆ ਜੇ ਹੁਣ ਅਸੀਂ 410 ਤੇ ਜਾਣੇ ਆ ਉਹ ਪ੍ਰੋਜੈਕਟ ਦਾ ਸਾਨੂੰ ਅਸਰ ਦਿਸਦਾ ਆ ਵੀ ਟ੍ਰੈਫਿਕ ਦੀ ਜਿਹੜੀ ਫਲੋ ਆ ਅਗੇ ਨਾਲੋਂ ਕਾਫੀ ਸਮੂਥ ਹੋ ਗਈ ਆ ਇਹ ਸਦਾ ਪਹਿਲੀ ਅਨਾਊਂਸਮੈਂਟ ਸੀਗੀ ਇਨਫਰਾਸਟ੍ਰਕਚਰ ਦੀ ਤੌਰ ਤੇ ਤੇ ਬ੍ਰੈਂਟਨਲੇ ਬਹੁਤ ਵੱਡੀ ਗੱਲ ਆ ਦੂਸਰੀ ਗੱਲ ਅਸੀਂ ਰੈਕਗਨਾਈਜ਼ ਕਰਦੇ ਆ ਵੀ ਜਿਹੜੇ ਹੈਲਥ ਕੇਅਰ ਹੈਲਥ ਕੇਅਰ ਬਹੁਤ ਜ਼ਰੂਰੀ ਆ ਦੇ ਕੋ ਜਿਹੜੇ ਸਾਨੂੰ ਇਮਰਜੈਂਟ ਫੈਮਿਲੀਆਂ ਇੱਥੇ ਆ ਕੇ ਸੈਟਲ ਹੁੰਦੀ ਆ ਆ ਜੋ ਕੋਈ ਵੀ ਫੈਮਿਲੀ ਇੱਥੇ ਰਹਿੰਦੀ ਆ ਉਹ ਹੈਲਥ ਕੇਅਰ ਤੇ ਐਜੂਕੇਸ਼ਨ ਲਈ ਅੰਟਾਰੀਓ ਜਾਂ ਕੈਨੇਡਾ ਨੂੰ ਚੁਣਦੇ ਆ ਆਪਦਾ ਨਵਾਂ ਹੋਮ ਬਣਾਉਣ ਦੇ ਲਈ ਇੱਕ ਆਪਦਾ ਨਵਾਂ ਘਰ ਬਣਾਉਣ ਦੇ ਲਈ ਇਸ ਕਰਕੇ ਅਸੀਂ ਰੈਕਗਨਾਈਜ਼ ਕਰਦੇ ਆ ਵੀ ਜਿਹੜੇ ਸਾਡੇ ਬ੍ਰੈਂਪਟਨ ਵਾਲੇ ਹਸਪੀਟਲ ਤੇ ਉੱਥੇ ਪ੍ਰੈਸ਼ਰਸ ਬਹੁਤ ਨੇ ਅਸੀਂ ਇੱਕ ਗਰੋਇੰਗ ਕਮਿਊਨਿਟੀ ਆ ਗਰੋਇੰਗ ਸਿਟੀ ਪੋਪੂਲੇਸ਼ਨ ਆ ਤੇ ਇਹਦੇ ਨਾਲ ਨਾਲ ਹੀ ਸਾਡੇ ਜਿਹੜੇ ਆਨਰ ਮਿਨਿਸਟਰ ਆਫ ਹੈਲਥ ਡਾਕਟਰ ਹੌਸਕਿੰਸ ਵੀ ਡਨ ਨੋਵੇmber ਦੇ ਵਿਜ ਬ੍ਰੈਂਟਨ ਵਿਚ ਸਕੇ ਇਹ ਦੱਸਣ ਦੇ ਲਈ ਵੀ ਅਸੀਂ ਜਿਹੜਾ ਹਸਪੀਟਲ ਆ ਜਿਹੜਾ ਸੈਕੰਡ ਹਸਪੀਟਲ ਬਣਨਾ ਹੈ ਜਿਹੜਾ ਪੀਲ ਮੈਮੋਰੀਅਲ ਫੈਸਿਟੀ ਹੈ ਪਰਲੀ ਉਹਦੀ ਪਹਿਲੀ ਫੇਜ਼ ਅਸੀਂ ਪਿਛਲੇ ਸਾਲ ਖੋਲ ਚੁੱਕੇ ਸੀ ਪਰ ਹੁਣ ਜਿਹੜੀ ਸੈਕੰਡ ਫੇਜ਼ ਹੈ ਜਦੇ ਵਿੱਚ ਤਕਰੀਬਨ 100 ਬੈੱਡ ਹੋਰ ਹੋਊਗਾ ਇੱਕ ਛੋਟੇ ਹਸਪੀਟਲ ਦੀ ਤਰ੍ਹਾਂ ਇਨ ਨਾਓਵਰਨਾਈਟ ਸਰਵਿਸ ਅਵੇਲੇਬਲ ਹੋਗੀ ਉਹਨੂੰ ਐਕਸਪਰਾਈਟ ਕਰਕੇ ਉਹਦੀ ਪਲੈਨਿੰਗ ਸ਼ੁਰੂ ਕਰ ਰਹੇ ਹਾਂ ਸੋ ਉਹ ਹਸਪੀਟਲ ਜਲਦੀ ਤੋਂ ਜਲਦੀ To be able to relieve the tensions at Brampton Civic, um, university um, university. Government university. Government university. so urgent care centre are all called to here. These three both even the Brampton community they are mangsigi. You Brampton which university are? University. These sadly government never announced that. I have this university new committed. I said Brampton which ni Milton de which is to pella. Joran Markham which university khuliya or kulan lagia or the York-Toronto partnership okay. Onu visa the government ne funding dittiya. So justi healthcare wal dekhi education. ਵਲ ਦੇਖੀਏ ਸਾਡੀ ਸਰਕਾਰ ਦੀ ਫੋਕਸ ਰਹੀ ਹੈ ਇਹਨਾਂ ਚੀਜ਼ਾਂ ਤੇ ਤੇ ਅੱਗੇ ਤੋਂ ਵੀ ਰਹੂਗੀ ਅਸੀਂ ਨਾ ਕਿ ਸਿਰਫ ਛੋਟੇ ਵੱਡੇ ਦੀਜ਼ ਆਰ ਜਸ ਦ ਬਿਗੇਸਟ ਪ੍ਰੋਜੈਕਟਸ ਤੇ ਨਾਲ-ਨਾਲ ਇੱਕ ਅਸੀਂ 에어ਨੋਕ ਸੈਂਟਰ ਅਜਿਹਾ ਉਹ ਹੁੰਦਾ ਹੈ ਜਿਹਨਾਂ ਬੱਚੇ ਨੂੰ ਸਪੈਸ਼ਲ ਨੀਡਸ ਹੁੰਦੇ ਉਹਨਾਂ ਦੇ ਲਈ ਉਹ ਇੱਕ ਨਵੀਂ ਫੈਸਿਲਿਟੀ ਵੈਂਪਟਨ ਵਿੱਚ ਖੁੱਲੀ ਆ ਆਲਮੋਸਟ 21000 ਸਕਰ ਫੀਟ ਜਿਹੜੀ ਅੱਗੇ ਬਹੁਤ ਛੋਟੀ ਹੁੰਦੀ ਸੀ ਸੋ ਹਰ ਤਰ੍ਹਾਂ ਦੀ ਹੈਲਥ ਕੇਅਰ ਤੇ ਸਾਡਾ ਪੂਰੀ ਤਰ੍ਹਾਂ ਫੋਕਸ ਆ ਪੋਸ ਸੈਕੰਡਰੀ ਐਜੂਕੇਸ਼ਨ ਤੇ primary education te focus hai um the child care te focus hai jaisi child care nu no dekhne ya families layi bahut auqa hunda ve oh hu, wapas kaam te jaan mm -hmm. e pichle vi actually shuttiyan da thodi der pehla mainu announcement karan da mauka mila si meri Brampton North riding de vich do ehoche naviyan jagah hai, hai, jaga hai jithe assi child care spots da mai available kiteya ekdam assi public school vich kiti jao ke utthe mm -hmm. do classrooms nu no, uh, at the 44 new child care spots just in that one school assi schoolan vich taan banauni chonne hai because ਦੇ ਬੱਚੇ ਆ ਉਹਨਾਂ ਦੀ ट्रांजिशन ਆ ਫੋਲ ਦੇ ਕਿੰਡਰਗਾਰਟਨ ਤੋਂ OVS ਕਿ ਹੋਗੀ ਫੈਮਿਲੀਜ਼ ਦੇ ਲਈ ਉਹਨਾਂ ਨੂੰ ਚਾਈਲਡ ਕੇਅਰ ਉੱਥੇ ਆਪਦੇ ਘਰਾਂ ਦੇ ਨੇੜੇ ਮਿਲੂਗੀ ਤੇ ਲੋਕੀ ਕੰਮ ਤੇ ਛੇਤੀ ਰਿਟਰਨ ਕਰ ਸਕਦੇ ਆ ਪਹਿਲਾਂ ਤਾਂ ਜਿਹੜਾ ਫੋਲ ਦੇ ਕਿੰਡਰਗਾਰਟਨ ਸਾਡੀ ਸਰਕਾਰ ਨੇ ਇੰਪਲੀਮੈਂਟ ਕੀਤਾ ਸੀ ਉਹ ਵੀ ਇਸੇ ਗੋਲ ਦੇ ਨਾਲ ਸੀਗਾ ਬਿਕਾਜ਼ ਜਦੋਂ ਬੱਚਾ ਫੋਲ ਦੇ ਸਕੂਲ ਜਾਂਦਾ ਜਿਹੜੇ ਮਾਪੇ ਫੁੱਲ ਟਾਈਮ ਕੰਮ ਤੇ ਰਿਟਰਨ ਕਰ ਸਕਦੇ ਆ ਦੇ ਕੈਡ ਬੀ ਕੰਟ੍ਰਿਬਿਊਟਿੰਗ ਟੂ ਅ ਹੈਲਥੀਅਰ ਫੈਮਿਲੀ ਯੂਨਿਟ ਵਿਦ ਮੋਰ Uh, more of an income coming into the household. So mm -hmm. full day kindergarten was an accomplishment of the Liberal government, as is the new daycare spots, our hospital, mm -hmm. our Baki Jira Brampton Civica, inovij they kia Vesipish uh, and year funding bidaiya ਬੇਸਪਾ ਨਹੀਂਗੇ ਸਦੀ ਵਧਾਈ ਗਈ ਆ ਪਿਛਲੇ ਸਾਲ ਦੇ ਜੋ ਅਮੋਸਟ 6 ਮਿਲੀਅਨ ਡਾਲਰ ਵਾਧਾ ਦਿੱਤਾ ਗਿਆ ਸੀ ਪਰ ਜੇ ਤੁਸੀਂ ਫੰਡਿੰਗ ਬੇਸ਼ੱਕ ਵਧਾਤੀ ਪਰ ਜਿਹੜਾ ਬੇਟਿੰਗ ਪੀਰੀਅਡ ਹੈ ਬ੍ਰੰਟਨ ਹਸਪੀਟਲ ਦਾ ਅਜੇ ਵੀ ਬਾਕੀ ਨਾਲ ਦੇ ਸ਼ਹਿਰਾਂ ਨਾਲੋਂ ਬਹੁਤ ਜ਼ਿਆਦਾ ਬੇਟਿੰਗ ਪੀਰੀਅਡ ਹੈ ਤੇ ਆਬਾਦੀ ਦੇ ਹਿਸਾਬ ਨਾਲ ਪਾਪੂਲੇਸ਼ਨ ਦੇ ਹਿਸਾਬ ਨਾਲ ਜੇ ਅਸੀਂ ਦੇਖੀਏ ਅਜੇ ਵੀ ਹਸਪੀਟਲ ਉਸ ਹਸਾਬ ਦੇ ਨਾਲ ਸਾਡੇ ਕੋਲੇ ਹਸਪੀਟਲ ਜਿਹੜੇ ਨੇ ਉਹ ਇੱਕੋ ਹੀ ਹਸਪੀਟਲ ਆ ਬਹੁਤ ਘੱਟ ਹੈ ਹਾਂਜੀ ਜਿਹੜਾ ਅਰਜੈਂਟ ਕੇਅਰ ਆਈਆਈ ਆ ਪਿਛਲੇ ਸਾਲ ਉਹਦੇ ਨਾਲ ਅਲੀਵिएट ਹੋਇਆ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਚੁੱਕੀ ਹਾਂ ਜਿਹੜਾ ਹਸਪੀਟਲ ਸੈਕੰਡ ਹਸਪੀਟਲ ਆ ਉਹਨੂੰ ਖੋਲਣ ਦੀ ਸਪੂਰੀ ਤਿਆਰੀ ਚਾ ਉਹਦੀ ਪਲੈਨਿੰਗ ਸਟੇਜਸ ਸ਼ੁਰੂ ਹੋ ਗਈ ਆ ਐਰ ਕਾਸਕਿੰਸ ਜਿਹੜੇ ਸਾਡੇ ਹੈਲਥ ਮਿਨਿਸਟਰ ਨੇ ਅਨਾਉਂਸ ਕਰਕੇ ਗਏ ਆ ਅਸੀਂ ਵੀ ਸਮਝਦੇ ਹਾਂ ਵੀ ਜਿਹੜੇ ਪ੍ਰੈਸ਼ਰਸ ਆ ਉਹ ਬਹੁਤ ਵੱਡੇ ਹੋ ਐਕਸਟ੍ਰੀਮ ਪ੍ਰੈਸ਼ਰਸ ਆ ਇਹਦੇ ਨਾਲ ਨਾਲ ਪਹਿਲਾਂ ਜਿੰਨੇ ਬ੍ਰੈਂਪਟਨ ਸਿਵਿਕ ਦੇ ਸਾਰੇ ਬੈਡਸ ਆ ਉਹ ਨਹੀਂ ਖੁੱਲੇ ਸੀਗੇ ਪਿਛਲੇ ਸਾਲ ਦੇ ਵਿੱਚ ਅਸੀਂ ਸਪੈਸ਼ਲ ਅਮੈਂਡ ਸਪੈਸ਼ਲ ਫੰਡਿੰਗ ਅਲਾਟ ਕਰਕੇ ਇਹ ਇਨ ਉਦੇ ਵਿੱਚ ਸਾਰੇ ਬੈਡਸ ਖੁੱਲੇ ਆ ਤੇ ਇਸ ਸਾਲ ਅਸੀਂ ਐਨਾਨਸ ਕੀਤਾ ਵੀ 36 ਹੋਰ ਬੈਡਸ ਐਡ ਕੀਤੇ ਗਏ ਔਨ ਟਾਪ ਆਫ 댓 ਤੇ ਸੈਕੰਡ ਹਸਪੀਟਲ ਦਾ ਲਾਂਚ ਹੋਇਆ ਸੋ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਵੀ ਜਿਸ ਤਰ੍ਹਾਂ ਸਾਡੀ ਗਰੋਥ ਵਧਦੀ ਆ ਅਸੀਂ ਜਲਦੀ ਤੋਂ ਜਲਦੀ ਜਿਹੜੀਆਂ ਸਰਵਿਸਿਜ਼ ਨੀਡੇਡ ਆ ਉਹਨਾਂ ਨੂੰ ਪ੍ਰੋਵਾਈਡ ਕਰੀਏ ਤੇ ਟਾਊਨ ਹਾਲ ਮੀਟਿੰਗਾਂ ਥਰਡੀ ਪਾਰਟੀ ਵੱਲੋਂ ਖਾਸ ਤੌਰ ਤੇ ਪ੍ਰੀਮੀਅਰ ਵੱਲੋਂ ਜਿਹੜੀਆਂ ਕੀਤੀਆਂ ਗਿਆ ਲੋਕ ਕੈਥਲਿਨ ਬਰਮਨ ਤੇ ਉਹਨਾਂ ਨੇ ਬੀਤੇ ਦਿਨੀ ਬ੍ਰੈਂਟਨ ਦੇ ਵਿੱਚ ਵੀ ਇੱਕ ਜੜੀਆਂ ਟਾਊਨ ਹਾਲ ਮੀਟਿੰਗ ਕੀਤੀ ਕਿ ਲੋਕ ਕਿਹੋ ਜਿਹੇ ਸਵਾਲ ਕਰ ਰਹੇ ਨੇ ਤੁਹਾਡੇ ਪ੍ਰੀਮੀਅਰ ਇਹਹੀ ਸਵਾਲ ਹੁੰਦੇ ਆ ਵੀ ਜਿਹੜੇ ਲੋਕ ਹਨ ਪ੍ਰਾਈਮਰੀ ਕਨਸਰਨਸ ਹੁੰਦੀ ਆਇਆ ਮੈਂ ਪਹਿਲਾਂ ਤਾਂ ਇਹ ਕਹੂੰਗੀ ਵੀ ਸਾਨੂੰ ਉੱਥੇ ਬਹੁਤ ਹੀ ਪੋਜ਼ਿਟਿਵ ਰਿਸਪਾਂਸ ਮਿਲਿਆ ਸੀਗਾ ਪ੍ਰੀਮੀਅਰ ਦੇ ਆਉਣ ਦੇ ਨਾਲ ਇਹ ਇੱਕ ਓਪਨ ਤੇ ਟਰਾਂਸਪੇਰੈਂਟ ਗਵਰਨਮੈਂਟ ਦਾ ਚਲਣ ਦਾ ਤਰੀਕਾ ਹੈ ਜਿੱਥੇ ਪ੍ਰੀਮੀਅਰ ਆ ਕੇ ਆਪ ਸੁਣਦੀ ਆ ਵੀ ਜੋ ਮੁਸ਼ਕਲਾਂ ਆਉਂਦੀਆਂ ਸਿਰਫ ਪ੍ਰੀਮੀਅਰ ਨਹੀਂ ਟਾਊਨ ਹਾਲ

ਅ ਪ੍ਰੀਮੀਅਰ ਦੇ ਅੱਗੇ ਉਹ ਕਿਹੜੀ ਮੇਨ ਕਿਹੜੀ ਮੁੱਦਾ ਕਿਹੜਾ ਰੱਖਿਆ ਕਿਹੜੀ ਕੁਐਸਚਨ ਦੋ ਤਿੰਨ ਕੁਐਸਚਨਸ ਯਾਦ ਆਏ 1.5 ਮਹੀਨਾ ਹੋ ਗਿਆ ਉਸ ਟੈਲ ਹਾਲ ਨੂੰ ਸੋ ਆਈ ਯੂਨੀਵਰਸਿਟੀ ਦਾ ਮੁੱਦਾ ਉਠਾਇਆ ਗਿਆ ਸੀ ਵੀ ਯੂਨੀਵਰਸਿਟੀ ਤੇ ਫੰਡਿੰਗ ਨੂੰ ਤੁਸੀਂ ਕਮਿਟਿਡ ਆ ਤੇ ਅਸੀਂ ਹਜੇ ਅੱਜ ਵੀ ਉਹੀ ਕਹਿੰਦੇ ਵੇ ਸਾਡੀ ਪੂਰੀ ਕਮਿਟਮੈਂਟ ਹੈ ਯੂਨੀਵਰਸਿਟੀ ਦੀ ਫੰਡਿੰਗ ਨੂੰ ਅਸੀਂ ਜਰੂਰ ਸੈਕੰਡ ਇੱਥੇ ਯੂਨੀਵਰਸਿਟੀ ਬ੍ਰੈਂਟਨ ਵਿੱਚ ਜੜੀ ਅਪਰੂਵ ਕਰ ਚੁੱਕੀ ਆ ਉਹ ਜਰੂਰ ਆਉਗੀ ਐਂਡ ਆਈ ਥਿੰਕ ਦੈਟਸ ਸਮਥਿੰਗ ਟੂ ਬੀ ਪ੍ਰਾਊਡ ਕੋਈ ਹੈ ਉਹਦੀ ਕਾਤਾਕ ਆਉਂਦੀ ਉਮੀ ਦੇਖੋ ਜੀ ਅਮ ਸਿਟੀ ਵਾਲੇ ਆਈ ਥਿੰਕ ਬਹੁਤ ਡਿਲੀਜੈਂਟਲੀ ਕੰਮ ਕਰ ਰਹੇ ਆ ਟੂ ਇਨਸ਼ੂਰ ਵੀ ਜਿਹੜੇ ਉਹਨਾਂ ਦੇ ਪਾਰਟਨਰਸ ਆ ਉਹਨਾਂ ਨਾਲ ਉਹ ਜੋ ਅੱਗੇ ਵਧਣ ਦੇ ਸਟੈਪਸ ਆ ਉਹ ਪੂਰੇ ਕਰਨ ਤੇ ਹੁਣ ਸਿਟੀ ਵਾਲੇ ਆਪਦੀ ਪਲਾਨ ਨੂੰ ਅੱਗੇ ਫਾਰਵਰਡ ਕਰਨਗੇ ਪਰ ਸਾਡਾ ਫੰਡਿੰਗ ਦਾ ਕਮਿਟਮੈਂਟ ਜੁੜ ਹੈ ਗਿਆ ਪ੍ਰੋਵਿੰਸ ਦੇ ਵੱਲੋਂ ਜੀ ਸਵਾਲ ਹੋਰ ਵੀ ਬਹੁਤ ਨੇ ਹਰਿੰਦਰ ਜੀ ਅਸੀਂ ਮੁੜਦੇ ਆ ਇੱਕ ਬ੍ਰੇਕ ਤੋਂ ਬਾਅਦ ਚੰਦਕ ਪੌਂਸਲਾਂ ਤੋਂ ਬਾਅਦ ਅਸੀਂ ਹੁਣੇ ਵਾਪਸ ਆਉਨੇ ਆ ਪ੍ਰੇਖਤੋ ਬਾਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਅਸੀਂ ਗੱਲਬਾਤ ਕਰ ਰਹੇ ਹਾਂ ਹਰਿੰਦਰ ਕੌਰ ਮੱਲੀ ਜੀ ਨਾਲ ਜਿਹੜੇ ਕਿ ਬ੍ਰੈਂਟਨ ਨੌਰਥ ਤੋਂ ਐਮਪੀਪੀ ਨੇ ਤੇ ਇਸ ਵਾਰੀ ਇਹ ਦੁਬਾਰਾ ਫਿਰ ਚੋਣ ਲੜਨ ਜਾ ਰਹੇ ਨੇ ਅੱਛਾ ਮਿਨੀਮ ਵੇਜ ਜਿਹੜੇ ਤੁਹਾਡੀ ਸਰਕਾਰ ਵੱਲੋਂ 1 ਜਨਵਰੀ ਤੋਂ ਵਧਾਏ ਗਏ ਨੇ 14 ਡਾਲਰ ਪਰ ਆਵਰ ਕੀਤੇ ਗਏ ਨੇ ਬੈਂਕ ਆਫ ਕੈਨੇਡਾ ਨੇ ਜਿਹੜੀ ਰਿਪੋਰਟ ਦਿੱਤੀ ਆ ਕਿ 2019 ਤੱਕ 19 ਤੱਕ ਜਿਹੜੇ ਨੇ 60 ਹਜ਼ਾਰ ਚੋਬਾਂ ਜਿਹੜੀਆਂ ਚਲੀਆਂ ਜਾਣਗੀਆਂ ਆਈ ਥਿੰਕ ਵੀ ਜੇ ਅਪਸ ਦੇਖੀਏ ਆਮ ਜਿਹੜਾ ਮਿਨਿਮਮ ਵੇਜ ਵਧਾਉਣਾ ਬਹੁਤ ਜ਼ਰੂਰੀ ਸੀਗਾ ਬਹੁਤ ਜਿਆਦਾ देर ਹੋ ਗਈ ਸੀਗੀ ਸਾਨੂੰ ਅਡੇਕ ਕਰਦਿਆਂ ਨੂੰ ਵੀ ਮਿਨਿਮਮ ਵੇਜ ਵਧਾ ਦੇ ਪਰ ਬਹੁਤ ਸਾਰੇ ਵਧਾਉਣਾ ਇਲੈਕਸ਼ਨ ਕਰਕੇ ਵਧਾਇਆ ਜਾਂ ਨਹੀਂ ਜੀ ਦੇਖੋ ਅਸੀਂ ਇੱਕ ਤੁਹਾਡੀ ਸਰਕਾਰ ਚੌਥੀ ਵਾਰ ਹੁਣ ਆ ਰਹੀ ਹੈ ਜੀ ਮੈਂ ਪਸੇ ਸੋਚ ਸਮਝ ਕੇ ਫੈਸਲਾ ਲਿਆ ਗਿਆ ਹੈ ਵੀ ਜਿਹੜੀ ਪਾਵਰਟੀ ਲਾਈਨ ਆ ਉਹਦੇ ਥੱਲੇ ਲੋਕੀ ਰਹਿ ਰਹੇ ਆ ਅਸੀਂ ਸਿਰਫ ਮਿਨਿਮਮ ਵੇਜ ਵਧਾਇਆ ਅਸੀਂ ਹਰ ਤਰੀਕੇ ਨਾਲ ਫੈਮਿਲੀਸ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਦਿਸ ਇਜ਼ ਆ ਮੋਰ ਥੈਨ ਅ ਸਿੰਗਲ ਪ੍ਰੌਂਗ ਅਪਰੋਚ ਵੀ ਹੈ ਮੈਨੀ ਡਿਫਰੈਂਟ ਪ੍ਰੌਂਗਸ ਦੈਟ ਵੀ ਹੈਵ ਟੇਕਨ ਔਨ ਜਸਤ ਜੋ ਇੱਕ ਫੇਅਰ ਤੇ ਇਕਵਿਟੇਬਲ ਸੋਸਾਇਟੀ ਬਿਲਡ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿਹੜੇ ਹਰ ਬੰਦੇ ਨੂੰ ਇਕਵਲ ਓਪਰਚੁਨਿਟੀ ਮਿਲੇ ਤੇ ਇਕਵਲ ਖਰਚਾ ਕਰਨ ਦਾ ਮੌਕਾ ਮਿਲੇ ਜਿਵੇਂ ਸੀ ਮਿਨਿਮਮ ਵੇਜ ਵਧਾਈ ਆ ਉਹਦੇ ਨਾਲ ਨਾਲ ਨਾ ਅਪ ਇਹ ਕਹਿ ਸਕਦੇ ਆ ਜਿਹੜਾ ਪੈਸ ਦੇਖੋ ਮਿੰਮਮ ਮੇਜ ਲੈਣ ਨੂੰ ਵਧੂਗਾ ਉਹ ਐਦਾ ਤਾਂ ਹੈ ਨਹੀਂ ਵੀ ਉਹ ਬੈਂਕ ਚ ਜਾ ਕੇ ਰੱਖਣ ਲੱਗੇ ਆ ਸਮਾਰਨ ਇਸ ਮੈਨ ਕੋਈ ਫੈਸਿਲਿਟੀ ਦਿੱਤੀ ਹੈ ਤੁਹਾਡੇ ਬਾਰੇ ਹਾਂਜੀ ਸਾਡੀ ਗਰਮ ਮੈਂਨੇ 1% ਦੀ ਟੈਕਸ ਕਟ ਅਨਾਉਂਸ ਕੀਤੀ ਹੈ ਸਮਾਲ ਬਿਜ਼ਨਸਸ ਦੇ ਲਈ ਕਾਰਪੋਰੇਟ ਟੈਕਸ ਘਟ ਤੇ ਉਹਦੇ ਨਾਲ ਨਾਲ ਹੀ ਜੋ ਫੈਮਿਲੀਆਂ ਨੂੰ ਸਪੋਰਟ ਦੀ ਲੋੜ ਸੀਗੀ ਦੇਖੋ 11 1/2 ਡਾਲਰ ਤੇ ਅਨ ਆਰ ਤੇ ਇੱਕ ਫੈਮਿਲੀ ਰਨ ਕਰਨੀ ਬਹੁਤ ਮੁਸ਼ਕਲ ਆ Mm -hmm. um you want to be able to put food on the table you want to be able to put clothes on your children's backs you want to have you have to pay rent mm -hmm. they ek fair society ni jithe mm -hmm. so assi chahunde hai ek fair te equitable society bane isse karke assi na sirf minimum wage vadhai mm -hmm. hai par eh bhi announce kita hai ve jo bacche 25 saal to thalle a mm -hmm. ohna nu january 1 nu jaake of the health card le jaake free medications mil gaye yeah. i think 4400 over 4400 medicines as a mm -hmm. formula de formulary each jo as a de formulary accessible ho gayi and no dekho bachiyan da fikr te dawaiyan da fikr te bachcha bimar hove mm -hmm. un unna de mabein nahi par sakdi ve unna te ki veetdi hai je unna ko dawai le lorn da paisa na hove ehe ek again a part of the approach to make life easier for average ontarians for all ontarians isse karke te ede naal companies nu vi asar huga dekho jehde companies agge benefits dindiya si unna tei bachat vi zarur hogi eh ek bohot wadda kharcha hai company layi jehde benefits provide karde ha udhar unna nu bachat zarur hogi because oh kharcha government ne honataya hai te dusri gal asi ek hor hi esse ਇਸੇ ਲਾਈਨ ਤੇ ਦਰਤੇ ਹੋਏ ਸੀ ਇਹ ਕਿ ਆ ਸੀ ਪਿਛਲੇ ਸਾਲ ਵਾਲੇ ਬਜਟ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਲੋਅ ਇਨਕਮ ਫੈਮਲੀਆਂ ਆ ਉਹਨਾਂ ਨੂੰ ਫ੍ਰੀ ਟਿਊਸ਼ਨ ਦਿੱਤੀ ਜਾਏਗੀ ਵੀ ਜੋ ਪੋਸ-ਸੈਕੰਡਰੀ ਐਜੂਕੇਸ਼ਨ ਪਰਸੂ ਕਰਨੀ ਚਾਹੁੰਦੇ ਆ ਬੱਚੇ ਉਹਨਾਂ ਨੂੰ ਪੈਸੇ ਦਾ ਫਿਕਰ ਕਰਨ ਦੀ ਜ਼ਰੂਰਤ ਨਾ ਪਵੇ ਕੋਈ ਕੋਈ ਬੱਚਾ ਪਿੱਛੇ ਨਾ ਰਹਿ ਜਾਵੇ ਇਹ ਸੋਚਦਾ ਮਾਰਾ ਵੀ ਮੇਰੇ ਕੋਲੇ ਅੱਜ ਸਕੂਲ ਜਾਣ ਲਈ ਪੈਸਾ ਹੈ ਨਹੀਂਗਾ ਅੱਛਾ ਬੱਚਿਆਂ ਦੀ ਗੱਲ ਕੀਤੀ ਤੁਸੀਂ ਤੇ ਨਾਲ ਦੀ ਨਾਲ ਤੁਸੀਂ ਜਿਹੜੇ ਸਮਾਲ ਵੇਜ ਵਰਕਮੈਨ ਨੇ ਉਹਨਾਂ ਨੂੰ ਕਿਹਾ ਜਿਹੜਿਆ ਮਿਨੀਮਮ ਵੇਜ ਵਧਾਤੇ ਨੇ ਪਰ ਜਿਹੜੇ ਬਜ਼ੁਰਗ ਨੇ ਉਹਨਾਂ ਲਈ ਕੀ ਕੀਤਾ ਤੁਹਾਡੀ ਸਰਕਾਰ ਨੇ ਹਾਂ ਸਾਡੀ ਸਰਕਾਰ ਨੇ ਹੈਲਥੀ ਲਿਵਿੰਗ ਦਾ ਸੀਨੀਅਰਸ ਪਲਾਨ ਵੀ ਇੰਪਲੀਮੈਂਟ ਕੀਤਾ ਆ ਸਾਡੀ ਕੋਸ਼ਿਸ਼ ਆ ਵੀ ਵੀ ਮੇਕ ਲਾਈਫ ਈਜ਼ੀਅਰ ਫॉर ਸੀਨੀਅਰਸ ਐਸ ਵੈਲ ਵੀ ਆ ਵਰਕਿੰਗ ਵਿਦ them ਵੀ ਆ ਗੈਣਾ ਕੰਟੀਨਿਊ ਟੂ ਵਰਕ ਵਿਦ ਦ ਬਸ ਸਾਡੇ ਇਹੋ ਜਿਹੇ ਪ੍ਰੋਗਰਾਮਸ ਆਨ देयर ਸੀਨੀਅਰਸ ਦੇ ਲਈ ਜਿਹੜੇ ਉਹ ਅਡਰੈਸ ਜਿਹੜੇ ਉਹ ਵਰਤ ਸਕਦੇ ਆ ਉਹਦੇ ਨਾਲ ਨਾਲ ਵੀ ਵੀ ਮੇਡ ਕੇਅਰ ਐਕਸੈਸਿਬਲ ਸਾਡੀ ਕੋਸ਼ਿਸ਼ ਇਹ ਆ ਵੀ ਹਰ ਬੰਦਾ ਚਾਹੁੰਦਾ ਆ ਐਂਡ ਆਫ ਲਾਈਫ ਕੇਅਰ ਬਹੁਤ ਜ਼ਰੂਰੀ ਹੁੰਦੀ ਆ ਤੇ ਉਹ ਬੋਲਟ ਲੋਕੇ ਜਰ ਆਫ ਦਾ ਕਰ ਸ਼ਟਨਾ ਚਾਹੁੰਦੇ ਜਿੱਦੀ ਤੇ ਰਹੇ ਬਿਲਕੁਲ ਮਜਬੂਰ ਨਹੀਂ ਹੁੰਦੇ ਸਾਡੀ ਇਹ ਕੋਸ਼ਿਸ਼ ਅਸੀਂ ਨਵੇਂ ਪੈਡਸ ਰਿਲੀਜ਼ ਕੀਤੇ ਹੈ ਫॉर ਲੌਂਗ ਟਰਮ ਕੇਅਰ ਵੀ ਜਿਹਦੋਂ ਨਨੋ ਡਰਿਫ ਬਵੇ ਪੈਡਸ ਅਵੇਲੇਬਲ ਹੋਣ ਪਰ ਅਸੀਂ ਹੋਮ ਕੇਅਰ ਨੂੰ ਵੀ ਵਧਾਇਆ ਹੈ ਜਿਵੇਂ ਜੋ ਤੁਹਾਨੂੰ ਕੇਅਰ ਤੁਹਾਡੇ ਘਰ ਦੇ ਵਿੱਚ ਮਿਲ ਸਕੇ ਸੋ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਵੀ ਜਿੰਨੀ ਕੰਫਰਟੇਬਲ ਲਾਈਫ ਹੋ ਸਕੇ ਸੀਨੀਅਰਜ਼ ਲਈ ਉਹਨਾਂ ਨੂੰ ਸੀ ਕੰਫਰਟੇਬਲ ਕਰੀਏ ਅੱਛਾ ਅਰਿੰਦਰ ਜੀ ਇੱਕ ਜੇ ਆਪਾਂ ਦੇਖੀਏ ਹਾਈਡਰੋ ਦੇ ਬਿੱਲ ਤੁਹਾਡੀ ਸਰਕਾਰ ਨੇ ਬਹੁਤ ਘਟਾਤੇ ਬਹੁਤ ਰਾਹਤ ਦਿੱਤੀ ਡਿਸਕਾਊਂਟ ਦਿੱਤਾ ਉਹ ਵਿੱਚ ਇਹ ਥੋੜੀ ਸਰਕਾਰ ਬਣਨ ਤੋਂ ਬਾਅਦ ਫਿਰ ਵੀ ਜਾਰੀ ਰਹਿਣਗੇ ਇਹਦਾ ਇਲੈਕਟ੍ਰਿਕ ਬੋਟਾ ਸਾਡੀ ਕਮਿਟਮੈਂਟ ਰਹੀ ਆ ਵੀ ਅਸੀਂ ਅਗਲੇ ਕੁਝ ਸਾਲਾਂ ਤਾਈਂ ਇਹ ਬਿਲਜ਼ ਜੜੇ ਇਸੇ ਤਰ੍ਹਾਂ ਜਲਦੇ ਰਹਿਣਗੇ ਇਸ ਤੋਂ ਪਹਿਲਾਂ ਜਿਹੜੇ ਇਨਵੈਸਟਮੈਂਟਸ ਹੋਏ ਹਾਈਡਰੋ ਸਿਸਟਮ ਦੇ ਵਿੱਚ ਉਹ ਬਹੁਤ ਜ਼ਰੂਰੀ ਸੀ ਆਪਣਾ ਸਿਸਟਮ ਪੁਰਾਣਾ ਸੀਗਾ ਕਿਸੇ ਨੇ ਕਿਸੇ ਹੋਰ ਸਰਕਾਰ ਨੇ ਉਸ ਸਿਸਟਮ ਵਿੱਚ ਇਨਵੈਸਟ ਨਹੀਂ ਕੀਤਾ ਸੀ ਇਸ ਕਰਕੇ 10 ਸਾਲ ਪਹਿਲਾਂ ਤੁਸੀਂ ਤੁਹਾਨੂੰ ਯਾਦ ਹੋਊਗਾ ਵੀ ਅੰਟਰੀਆ ਦੇ ਵਿੱਚ 4 ਦਿਨਾਂ ਲਈ ਬਿਲਕੁਲ हाइड्रो रेसिंग बट फेमे ओस्कलते ओनली मेनू पता ਵੀ ਜਿਹੜੇ ਇੱਥੇ ਆਪਾਂ ਆਉਨੇ ਉਸੇ ਫੈਸਿਲਿਟੀਆਂ ਤੇ ਆਉਨੇ ਆ ਉਹਨਾਂ ਫੈਸਿਲਿਟੀਆਂ ਉੱਪਰ ਉਹ ਆਪਦੇ ਆਪ ਨਹੀਂ ਚੱਲਦੀਆਂ ਰਹਿੰਦੀਆਂ ਉਹਦੇ ਵਿੱਚ ਇਨਵੈਸਟਮੈਂਟ ਦੀ ਜ਼ਰੂਰਤ ਹੁੰਦੀ ਆ ਤੇ ਸਾਡੀ ਸਰਕਾਰ ਨੇ ਉਹ ਇਨਵੈਸਟਮੈਂਟਸ ਕੀਤੇ ਆ ਇਸ ਕਰਕੇ ਹਰਜੀ ਪਹਿਲਾਂ ਵਾਦੇ ਸੀ ਹਟ ਸੀ ਲੈਵਲ ਕਰਕੇ ਉਹਨਾਂ ਨੂੰ ਇੱਕ ਰੀਜ਼ਨੇਬਲ ਅਮਾਉਂਟ ਤੇ ਲਿਆਇਆ again to make life more affordable for ontario families ਜੇ ਆਪਾਂ ਦੇਖੀਏ ਸਾਡੇ ਸਿੱਖ ਭਾਈਚਾਰੇ ਦੀ ਪੰਜਾਬੀ ਗਿਣਤੀ ਬਹੁਤ ਵੱਡੀ ਆ ਇਸੇ ਕਰਕੇ 5 ਦੇ ਕਰੀਬ ਜਿਹੜੇ ਨੇ ਉਹ ਸਾਡੇ ਜਿਹੜੇ ਸਿੱਖ ਤੇ ਪੰਜਾਬੀ ਐਮਪੀਪੀ ਨੇ ਪਰ ਜੇ ਅਸੀਂ ਮੰਤਰੀ ਮੰਡਲ ਦੇ ਵਿੱਚ ਦੇਖੀਏ ਉੱਥੇ ਇਹ ਘਾਟ ਰੜਕਦੀ ਰਹੀ ਆ ਪਿਲੇ ਸਾਲਾਂ ਦੌਰਾਨ ਸਾਡਾ ਇੱਕ ਵੀ ਮੰਤਰੀ ਨਹੀਂ ਲਿਆ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਦੇਖੋ ਜੀ ਆਈ ਥਿੰਕ ਵੀ ਬਹੁਤ سارے ਲੋੜਾਂ ਹੁੰਦੀਆਂ ਆ ਪਰਫੋਲਿਓਸ ਹੁੰਦੀਆਂ ਆ ਜਿਹੜੀਆਂ ਤੁਹਾਨੂੰ ਐਕਸਪੀਰੀਅੰਸ ਦੀ ਜ਼ਰੂਰਤ ਹੁੰਦੀ ਆ ਕੇ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਟੂ ਬੀ ਇਨ ਦਾ ਟੂ ਬੀ ਐਟ ਥੈਟ ਲੈਵਲ ਐਂਡ ਆਈ ਥਿੰਕ ਵੀ ਜਦੋਂ ਓਪਰਚੁਨਿਟੀ ਆਉਗੀ ਸਾਡੇ ਵਿੱਚ ਕਾਬਿਲ ਕੈਂਡੀਡੇਟਸ ਹੈਗੇ ਆ ਸਾਡੇ ਇੰਦਰ ਸਿੰਘ ਤਾਂ ਅਖਰ ਬੜੇ ਇੱਕ ਸਫਲ ਚਾਹੇ ਟ੍ਰਾਂਸਪੋਰਟ ਦਾ ਡਿਪਾਰਟਮੈਂਟ ਰਿਹਾ ਚਾਹੇ ਨੋਕੜ ਹੋ ਰਿ ਵੀ ਕਿਹਾ ਸੀ ਹੁਣ ਵੀ ਕਿਹਾ ਹੈ ਵੀ ਉਹ ਇਸ ਟਾਈਮ ਤੇ ਇੱਕ ਸਟੈਪ ਬੈਕ ਲੈਣਾ ਚਾਹੁੰਦੇ ਸੀ ਉਹ ਇਸ ਲੈਵਲ ਤੇ ਇਸ ਟਾਈਮ ਤੇ ਇੰਟਰਸਟਿਡ ਨਹੀਂ ਸੀਗੇ ਟੂ ਬੀ ਇਨਵੋਲਵਡ ਐਟ that ਲੈਵਲ ਅਜੇ ਇੱਕ ਆਪਣੀ ਕਮਿਊਨਿਟੀ ਥੋੜਾ ਮਹਿਸੂਸ ਇਹ ਕਰ ਰਹੀ ਹੈ ਕਿ ਦਸਤਾਰ ਬਨ ਕੇ ਮੋਟਰਸਾਈਕਲ ਚਲਾਉਣਾ ਬਾਕੀ ਪ੍ਰੋਵਿੰਸ ਦੇ ਵਿੱਚ ਇਹ ਹੋ ਰਿਹਾ ਉੱਥੇ ਚਲਾ ਰਹੇ ਨੇ اجازت ਦਿੱਤੀ ਸਾਡੀ ਸਰਕਾਰ ਨੂੰ ਕਿਹੜੀ ਮੁਸ਼ਕਲ ਆਈ ਜੀ ਦੇ ਕਰਕੇ ਉਹਨਾਂ ਨੇ ਇਹ اجازت ਨਹੀਂ ਦੇ ਰਹੇ ਨੇਕੋ ਮੈਂ ਅੱਗੇ ਵੀ ਕਿਹਾ ਹੈ ਅੱਜ ਵੀ ਕਹਿੰਨੀ ਹੈ ਜਿੱਥੇ ਵੀ ਮੋਟਰਸਾਈਕਲ ਕਲੱਬ ਦਾ ਕੋਈ ਇਵੈਂਟ ਹੁੰਦਾ ਜਾਂ ਮੋਟਰਸਾਈਕਲ ਕਲੱਬ ਦੇ ਵਿਅਕਤੀ ਮਿਲਦੇ ਆ ਮੈਂ ਹਮੇਸ਼ਾ ਪਿਛਲੇ ਇਲੈਕਸ਼ਨ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਵੀ ਪਾਰਟੀ ਦੀ ਹਰ ਤੁਸੀਂ ਨੇਕੋ ਪਾਰਟੀ ਨੂੰ ਜੁਆਇਨ ਕਰਦੇ ਜਿੰਨਾ ਤੁਹਾਡੀ 90% ਸੋਚ ਮਿਲੇ ਇਹ ਤੇ ਕਦੇ ਹੁੰਦਾ ਹੀ ਨਹੀਂ ਕਿ ਆ ਵੀ ਆਪਣੀ ਕਿਸੇ ਹੋਰ ਬੰਦੇ ਨਾਲ ਜਾਂ ਕਿਸੇ ਸੰਸਥਾ ਨਾਲ 100% ਸੋਚ ਮਿਲਦੀ ਆ ਸੋ ਮੈਂ ਆਪਦੀ ਤਰਫੋਂ ਇਹ ਕਹਿ ਸਕਦੀ ਆ ਵੀ ਮੈਂ ਪਿਛਲੇ ਇਲੈਕਸ਼ਨ ਤੋਂ ਪਹਿਲਾਂ ਵੀ ਕਿਹਾ ਸੀ ਤੇ ਅੱਜ ਵੀ ਕਹਿੰਨੀ ਆ ਅਸੀਂ ਕੋਸ਼ਿਸ਼ ਕਰਦੇ ਰਵਾਂਗੇ ਆਪਦੀ ਪਾਰਟੀ ਦੇ ਵਿੱਚ ਵੀ ਕਨਵਿੰਸ ਕਰਨ ਦੀ ਵੀ ਸਾਨੂੰ ਇਸ ਚੀਜ਼ ਦੀ ਜ਼ਰੂਰਤ ਸਾਡੀ ਕਮਿਊਨਿਟੀ ਦੀ ਮੰਗ ਆ ਸਾਡੀ ਕਮਿਊਨਿਟੀ ਦੀ ਜ਼ਰੂਰਤ ਆ ਵੀ ਸਾਨੂੰ ਅੱਗੇ ਵਧਣ ਦੀ ਲੋੜ ਆ ਬਾਕੀ ਕਮਿਊਨਿਟੀ ਦੇ ਅਦਾਲ ਖੜੇ ਆ ਜੇ ਕਿਸੇ ਹੋਰ ਪਾਰਟੀ ਵੱਲੋਂ ਵੀ ਪ੍ਰਾਈਵੇਟ ਮੈਂਬਰਸ ਬਿਲ ਅੱਗੇ ਆਊਗਾ ਮੈਂ ਕਮਿਊਨਿਟੀ ਨਾਲ ਮੇਰਾ ਅੱਗੇ ਤੋਂ ਹੀ ਵਾਦਾ ਰਿਹਾ ਆ ਮੈਂ ਜਰੂਰ ਨਾਲ ਖੜੂਗੀ ਮੇਰੀ ਬੋਰਡ ਕਮਿਊਨਿਟੀ ਦੇ ਹੱਕ ਵਿੱਚ ਹੀ ਪਾਉਗੀ ਤੇ ਇਸ ਗੱਲ ਤੇ ਮੈਂ ਅੱਜ ਵੀ ਖੜੀ ਆ ਪ੍ਰੀਮੀਅਰ ਨੂੰ ਕੁਝ ਕਨਸਰਨਸ ਹੈਗੇ ਆ ਸੇਫਟੀ ਦੇ ਰਾਉਂਡ ਕਨਸਰਨਸ ਹੈਗੇ ਆ ਅਸੀਂ ਹਮੇਸ਼ਾ ਜੋ ਵਿਅਕਤੀ ਨੇ ਮੋਟਰਸਾਈਕਲ ਕਲੱਬ ਦੇ ਉਹਨਾਂ ਨੂੰ ਇਹ ਕਹੀਦਾ ਵੀ ਇਹ ਸਾਨੂੰ ਇੱਕ ਰਿਸਰਚ ਕਰਨ ਦੀ ਜ਼ਰੂਰਤ ਆ ਸਾਨੂੰ ਹੋਰ ਮਿਹਨਤ ਕਰਨ ਦੀ ਜ਼ਰੂਰਤ ਆ ਜਿਹੜੇ ਤੇ ਅਸੀਂ ਪ੍ਰੂਫ ਕਰ ਸਕੀਏ ਵੀ ਸੇਫਟੀ ਜਿਹੜੇ ਸੇਫਟੀ ਕਨਸਰਨਸ ਆ ਉਹਨਾਂ ਨੂੰ ਅਲੀਵिएट ਕਰ ਸਕੀਏ ਫਿਰ ਹੀ ਅਸੀਂ ਅੱਗੇ ਵਧ ਸਕਦੇ ਆ ਹਰਿੰਦਰ ਜੀ ਸਵਾਲ ਹੈ ਜੇ ਹੋਰ ਵੀ ਨੇ ਪਰ ਸਮਾਂ ਹੋ ਗਿਆ ਇੱਕ ਬ੍ਰੇਕ ਦਾ ਅਸੀਂ ਹੁਣੀ ਗਏ ਤੇ ਹੁਣੀ ਵਾਪਸ ਆਏ ਤੁਸੀਂ ਕਿਤੇ ਨਹੀਂ ਜਾਣਾ ਪ੍ਰਯੋਗ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਆਜਾਣਾ ਸਾਡੀ ਗੱਲਬਾਤ ਹੋ ਰਹੀ ਆ ਹਰਿੰਦਰ ਕੌਰ ਮੱਲੀ ਜੀ ਨਾਲ ਜਿਹੜੇ ਕਿ ਲਿਬਰਲ ਪਾਰਟੀ ਦੇ ਐਮਪੀ ਵੀ ਨੇ ਮੌਜੂਦਾ ਪਾਰਲੀਮੈਂਟ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਤੇ ਅਗਲੀ ਵਾਰੀ ਉਹ ਜੂਨ ਦੇ ਵਿੱਚ ਜਿਹੜੀਆਂ ਚੋਣਾਂ ਆ ਰਹੀਆਂ ਨੇ ਫਿਰ ਇੱਕ ਵਾਰ ਬ੍ਰੈਂਪਟਨ ਨਾਰਥ ਤੋਂ ਆਪਣੇ ਕਿਸਮਤ ਤਜਾਉਣ ਜਾ ਰਹੇ ਨੇ ਤੇ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋ ਰਹੀ ਹੈ ਸਰਕਾਰ ਦੇ ਬਾਰੇ ਵਿੱਚ ਹਰਿੰਦਰ ਜੀ ਜਿਹਾ ਆਪਾਂ ਦੇਖੀ ਜਿਹੜੀ ਰੈਟਿੰਗ ਤੁਸੀਂ ਰਹਿ ਰਹੇ ਜਿਹੜੇ ਸ਼ਹਿਰ 'ਚ ਆਪਾਂ ਰਹਿ ਰਹੇ ਹਾਂ ਬ੍ਰੈਂਪਟਨ ਦੇ ਵਿੱਚ ਸਾਰੇ 온ਟਾਰੀਓ ਪ੍ਰੋਵਿੰਸ ਦੇ ਨਾਲੋਂ ਸਭ ਤੋਂ ਵੱਧ ਜਿਹੜੀ ਆਟੋ ਇੰਸ਼ੋਰੈਂਸ ਇੱਥੇ ਖਾਸ ਕਰਕੇ ਤੁਹਾਡੀ ਰੈਟਿੰਗ ਉਸ ਤੋਂ ਵੀ ਵੱਧ ਕਿਉਂ ਆਮ ਇਹਦਾ ਕੋਈ ਹੱਲ ਨਹੀਂ ਪਹਿਲਾਂ ਤਾਂ ਇਹ ਕਹਾਂ ਕਿ ਵੀ ਮੈਂ ਵੀ ਦਿਸਟੈਂਸ ਸੀ ਉਸੇ ਰਾਈਡਿੰਗ ਵਿੱਚ ਰਹਿੰਦੀ ਹਾਂ ਸੋ ਆਈ డు ਫੀਲ ਦ ਪੇਨ ਆਈ డు ਫੀਲ ਦ ਪੇਨ ਆਫ ਦ ਆਨਟ੍ਰੈਂਸ ਇਸਦਾ ਹੱਲ ਅਸੀਂ ਲੱਭ ਰਹੇ ਹਾਂ ਪਰ ਇਹ ਲੌਂਗ ਟਰਮ ਸੋਲੂਸ਼ਨ ਹੈ ਦੇਖੋ ਜਿਵੇਂ ਜੈਸੀ ਕੁਇਕਲੀ ਕਹਿ ਦिए ਵੀ ਅੱਜ ਅਸੀਂ ਰਾਤੋ ਰਾਤ ਸੋਲੂਸ਼ਨ ਲੱਭ ਲਾਂਗੇ ਇੰਪੋਸੀਬਲ ਹੈ ਪਿਛਲੇ ਕੁਝ ਦਿਨ ਹੀ ਪਹਿਲਾਂ ਸਾਡੇ ਜਿਹੜੇ ਮਿਨਿਸਟਰ ਆਫ ਫਾਈਨੈਂਸ ਚਾਰਲਸ ਸੁਜ਼ਾ ਉਹਨਾਂ ਨੇ ਕੁਝ ਇਹੋ ਜਿਹੇ ਨਿਊ ਸਟੈਪਸ ਇੰਟਰੋਡਿਊਸ ਕੀਤੇ ਸੀਗੇ ਆਮ ਉਹ ਵੀ ਇੱਕ ਰਿਪੋਰਟ ਤੇ ਬੇਸਡ ਕੀਤੇ ਸੀਗੇ ਪਹਿਲਾਂ ਇੱਕ ਰਿਪੋਰਟ ਤੇ ਇੱਕ ਜੋ ਰਿਸਰਚ ਕਰਾਈ ਗਈ ਸੀ ਕਿ ਵੀ ਹੁਣ ਸਾਨੂੰ ਕੀ ਕਰਨਾ ਚਾਹੀਦਾ ਆ ਇੰਸ਼ੋਰੈਂਸ ਦਾ ਮਾਰਸ਼ਲ ਰਿਪੋਰਟ ਵੀ ਅਸੀਂ ਤੇ ਉਸ ਹਿਸਾਬ ਨਾਲ ਜਿਹੜੇ ਰეკਮੈਂਡੇਸ਼ਨ ਸਾਨੂੰ ਆਈਆਂ ਸੀ ਉਹਨਾਂ ਚੋਂ ਕੁਝ ਰეკਮੈਂਡੇਸ਼ਨਸ ਇੰਪਲੀਮੈਂਟ ਕਰਨ ਦਾ ਵਾਅਦਾ ਕੀਤਾ ਗਿਆ ਆ ਬਿਕਾਜ਼ ਉਹਨਾਂ ਦੇ ਨਾਲ ਇੰਪਲੀਮੈਂਟ ਕਰਨ ਦੇ ਨਾਲ ਹੀ ਇੰਸ਼ੋਰੈਂਸ ਘਟੂਗੀ ਜਿਹੜਾ ਇੰਸ਼ੋਰੈਂਸ ਫਰਾਡ ਚੱਲਦਾ ਆ ਉਹ ਘਟੂਗਾ ਸੋ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਰეკਮੈਂਡੇਸ਼ਨ ਸੀਗੀ ਉਹ ਕੈਸ਼ ਜਿਹੜਾ ਕੈਸ਼ off the table the gear no directly passage on edenander fordio katuga par virodhi tar de neta patrick brown ne eh gall kahi hai ki je saadi sarkar aayi ta assi sare ontario de vich iksar jehde ne auto insurance karange na ke brampton layi hor hove missaga layi hor hove te baki sheharan layi hor hove dekho jadon apni sarkar bani ni na hunde odo gallan kehniyan badi sokhian hundiyan a dekho ਉਮ ਸਾਡੀ ਪ੍ਰੀਮੀਅਰ ਦੇ ਵਿੱਚ ਕਾਫੀ ਇਹੋ ਜਿਹੀ ਲੀਡਰਸ਼ਿਪ ਕੁਆਲਿਟੀ ਦੀ ਗੱਲ ਕਰੋ ਤੇ ਬਹੁਤ ਸਟਰੋਂਗ ਲੀਡਰਸ਼ਿਪ ਕੁਆਲਿਟੀਆਂ ਆ ਇੱਕ ਮੇਰੇ ਮੇਰਾ ਆਪ ਦਾ ਮੰਨਣਾ ਆ ਵੀ ਇੱਕ ਚੰਗਾ ਲੀਡਰ ਹੋਣ ਦੇ ਲਈ ਬੰਦੇ ਨੂੰ ਕੋਈ ਸਟੈਂਡ ਲਾਣਾ ਪੈਂਦਾ ਆ ਨਾ ਕਿ ਵੀ ਜਿੱਥੇ ਤੁਸੀਂ ਜਾਓ ਤੇ ਉਹੋ ਜੇ ਹੋ ਜਾਉਂਦਾ ਇਹ ਲੀਡਰਸ਼ਿਪ ਨਹੀਂ ਹੁੰਦੀ ਸੋ ਯੂ ਹਵ ਟੂ ਫੋਕਸ ਔਨ ਸਟਰੋਂਗ ਲੀਡਰਸ਼ਿਪ ਕੁਆਲਿਟੀਆਂ ਵਾਦੇ ਕਰਨੇ ਤੇ ਹਰ ਕੈਂਪੇਨ ਦੇ ਵਿੱਚ ਵਾਦੇ ਪੂਰੇ ਹੁੰਦੇ ਆ ਹਰ ਕੈਂਪੇਨ ਦੇ ਵਿੱਚ ਜੋ ਵਾਦੇ ਆ ਹਰ ਲੀਡਰ ਕਰਦਾ ਆ ਉਹ ਵਾਦੇ ਪੂਰੇ ਕਰਨੇ ਅਲੱਗ ਗੱਲ ਹੁੰਦੀ ਆ ਪਿਛਲੇ ਇਲੈਕਸ਼ਨਾਂ ਦੌਰਾਨ ਤੁਸੀਂ ਕਿੰਨੇ ਕ ਵਾਦੇ ਕੀਤੇ ਸੀ ਤੇ ਕਿੰਨੇ ਕ ਪੂਰੇ ਕਰ ਸਾਡੇ ਜਨੇ ਸਾਡੇ ਜਿਹੜੇ ਅੱਗੇ ਮੰਗਾ ਆਈਆਂ ਸੀ ਉਹ ਸਾਡੀ ਕੋਸ਼ਿਸ਼ ਸੀ ਸੈਕੰਡ ਹਸਪੀਟਲ ਆ ਯੂਨੀਵਰਸਿਟੀ ਅਤੇ ਤਾਂ ਜੇ ਪਤਾ ਕਿ ਸੈਕੰਡ ਹਸਪੀਟਲ ਤਾਂ ਬਣਿਆ ਨਹੀਂ ਹਾਂਜੀ ਉਹਦਾ ਐਲਾਨ ਹੋ ਚੁੱਕਾ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਜਿਹੜਾ ਪਿਓਰ ਮੈਮੋਰੀਅਲ ਦੀ ਪਹਿਲੀ ਫੇਜ਼ ਖੁੱਲ ਚੁੱਕੀ ਤੇ ਸੈਕੰਡ ਫੇਜ਼ ਖੋਲਣ ਦਾ ਵੀ ਇਰਾਦਾ ਹੈ ਕਿ ਪੂਰਾ ਫੁੱਲ ਫਲੇਜ ਹਸਪੀਟਲ ਬਣ ਜਾਏਗਾ ਸਰ ਵੀ ਵੀ ਮੇਡ दैट ਕਮਿਟਮੈਂਟ ਇਨ ਨੋਵੇmber ਥੈਟ ਵੀ ਵਿਲ ਐਕਸਪੀਡਿਟ ਇਟ ਤੇ ਜਲਦੀ ਤੋਂ ਜਲਦੀ ਜਿਹੜਾ ਸੈਕੰਡ ਉਥੇ ਓਵਰਨਾਈਟ ਫੈਸਿਲਿਟੀ ਤੁਸੀਂ ਆਪਣੇ ਹਲਕੇ ਦੇ ਲੋਕਾਂ ਤੋਂ ਜਿਹੜੀਆਂ ਵੋਟਾਂ ਹੁਣ ਮੰਗਣੀਆਂ ਨੇ ਕੀ ਜਿਹੜਾ ਖਾਸ ਸਭ ਤੋਂ ਵੱਡਾ ਮੁੱਦਾ ਮੇਰੇ ਖਿਆਲ ਦੇ ਵਿੱਚ ਆਟੋ ਇੰਸ਼ੋਰੈਂਸ ਦਾ ਜਿਹੜਾ ਐ ਐਨਡੀਪੀ ਵੱਲੋਂ ਵੀ ਉਠਾਇਆ ਗਿਆ ਸੀ ਦੂਜੀਆਂ ਪਾਰਟੀਆਂ ਮਸਉਂਦੀਆਂ ਰਹੀਆਂ ਨੇ ਕਿ ਬ੍ਰਮਟਨ ਦੇ ਲੋਕਾਂ ਨੂੰ ਸਭ ਤੋਂ ਵੱਧ ਆਟੋ ਰੀਸੈਂਸ ਦੇਣੀ ਪੈਂਦੀ ਆ ਉਹਨਾਂ ਲੋਕਾਂ ਨੂੰ ਵੀ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੁੰਦਾ ਜਿਹੜਾ ਜਿਹਦਾ ਕੋਈ ਕਸੂਰ ਹੈ ਉਹਦੀ ਵਧੇ ਉਹ ਵੱਖਰੀ ਗੱਲ ਹੈ ਪਰ ਉਹ ਸਾਰਿਆਂ ਦੇ ਇਸ ਤਰੀਕੇ ਨਾਲ ਕਰਨਾ ਤੁਸੀਂ ਕੀ ਹੁਣ ਦੇ ਤੁਹਾਡੀ ਸਰਕਾਰ ਬਣੀ insa de like ehhi koshish rendi hai na you make or give it you have to work internally as well assi gal hamesha thonne jinne brampton members aa hamesha scarborough vich ve problems aan diyan othon members vi hamesha e gal i think it's clear we course da board juriya marshal par porte sab na si chal rahe The aage vad rahe jo recommendations aa insurance katod de layi nu leke ਅਸੀਂ ਜਿਹੜਾ ਕਿ ਵਧਾਂਗੇ ਸਾਡਾ ਕਮਿਟਮੈਂਟ ਹੈ ਕਿ ਸਾਡੇ ਮਿਨਿਸਟਰ ਵੱਲੋਂ ਵੀ OES ਨੂੰ ਜੁੜ ਰੈਕਨਾਈਜ਼ ਕਰਦਾ ਆ ਅੱਛਾ ਡਾਟਰੀਓ ਦੇ ਵਿੱਚ ਤੁਸੀਂ ਚਾਈਲਡ ਸੈਂਟਰ ਜਿਹੜੇ ਨੇ ਵਧਾਉਣ ਦਾ ਐਲਾਨ ਕੀਤਾ ਕੀ ਇੰਪਲੀਮੈਂਟ ਉਹਨਾਂ ਨੂੰ ਕਦੋਂ ਹਾਂਜੀ ਅਮ ਪਹਿਲੇ ਜਿਹੜੇ ਹੁਣ ਰੈਟਰੋਫਿਟ ਸ਼ੁਰੂ ਹੋ ਗਏ ਆ ਤੇ ਜਲਦੀ ਤੋਂ ਜਲਦੀ ਜਿੰਨ ਜਿੱਦਾਂ ਜਿੱਦਾਂ ਉਹ ਬਣਦੇ ਜਾਣਗੇ ਉਹਦਾ ਇੰਪਲੀਮੈਂਟ ਹੁੰਦੇ ਜਾਣਗੇ ਆਪਦੀ ਵਾਇਰਡਿੰਗ ਵਿੱਚ ਬੈਸੀ ਪਬਲਿਕ ਸਕੂਲ ਦੇ ਵਿੱਚ ਦੋ ਕਲਾਸਰੂਮਸ ਹੈ ਉਹ ਜਿਹੜੇ ਡੈਡੀਕੇਟ ਹੋਏ ਜਿੱਥੇ ਉੱਥੇ ਕੰਸਟਰਕਸ਼ਨ ਸ਼ੁਰੂ ਹੋ ਗਈ ਤੇ ਰੈਟਰੋਫਿਟ ਹੋ ਕੇ ਉਹ ਦੇਕਰ ਸੈਂਟਰ ਬਣੂ ਤਿਆਰ ਹੋ ਰਹੇ ਨੇ ਅੱਛਾ ਪਿਛਲੀ ਦੋ ਇਲੈਕਸ਼ਨਾਂ ਜੀ ਆਪਾਂ ਦੇਖੀਏ ਪੀਸੀ ਪਾਰਟੀ ਜਿੱਦੀ ਜਿੱਦੀ ਆ ਰਹੀ ਸਰਵੇ ਉਹਨਾਂ ਦੇ ਹੱਕ ਜਾ ਰਹੇ ਸੀ ਪਰ ਐਨ ਲਾਸਟ ਮੂਮੈਂਟ ਤੇ ਜਾ ਕੇ ਉਹ ਹਾਰ ਜਾਂਦੇ ਰਹੇ ਇਸ ਵਾਰ ਵੀ ਜੇ ਆਪਾਂ ਦੇਖੀਏ ਜਿਹੜੇ ਸਰਵੇ ਆ ਰਹੇ ਨੇ ਉਹਨਾਂ ਦੇ ਵਿੱਚ ਪੀਸੀ ਪਾਰਟੀ ਨੂੰ ਕਈ ਥਾਵਾਂ ਤੇ ਦਿਖਾਇਆ ਜਾ ਰਿਹਾ ਕਿ ਉਹ ਅੱਗੇ ਜਾ ਰਹੀ ਹੈ ਕੀ ਤੁਹਾਨੂੰ ਲੱਗਦਾ ਕਿ ਪਿਛਲੀ ਵਾਰੀ ਜੋ ਕੁਝ ਹੋਇਆ ਉਹ ਹਿਸਟਰੀ ਫੇਰ ਦੁਬਾਰਾ ਦਰਾਈ ਜਾਊ ਮੈਂ ਇਹੀ ਕਹਿ ਸਕਦੀ ਹਾਂ ਵੀ ਸਾਡੇ ਲੋਕਲੀ ਵੀ ਮੈਂਬਰ ਹੋ ਕੇ ਅਸੀਂ ਬਹੁਤ ਮਿਹਨਤ ਕੀਤੀ ਆ ਓਵਰਆਲ ਸੱਦੀ ਸਰਕਾਰ ਨੇ ਆਵਦੇ ਪਾਲਿਸੀ ਪੀਸਸ ਤੇ ਬਹੁਤ ਹੀ ਵਧੀਆ ਚੀਜ਼ਾਂ ਡਿਲੀਵਰ ਕੀਤੀਆਂ ਕਮਿਊਨਿਟੀ ਦੇ ਲਈ ਸਾਨੂੰ ਪੂਰੀ ਉਮੀਦ ਆ ਬੇਸਡ ਔਨ ਆਰ ਵਰਕ ਬੇਸਡ ਔਨ ਆਰ ਪਾਲਿਸੀਜ਼ ਥੈਟ ਵੀ ਵਿਲ ਫੋਰਮ ਅ ਮੈਜੋਰਿਟੀ ਗਵਰਨਮੈਂਟ ਇਨ 온ਟਾਰੀਓ ਜੂਨ ਦੇ ਵਿੱਚ ਇਲੈਕਸ਼ਨ ਆ ਰਹੀ ਹੈ ਤੇ ਤੁਹਾਡੀ ਪਾਰਟੀ ਹੁਣ ਕਾਫੀ ਐਕਟਿਵ ਐਕਟਿਵ ਹੋਈ ਵੀ ਆ ਇਲੈਕਸ਼ਨਾਂ ਤੋਂ ਪਹਿਲਾਂ Why wasn't the government so active during the last few years? First, we had to make room. First, we had to balance the budget. Now, by balancing the budget, we can make investments. We have, every year, in policy pieces, we have introduced some of the things that no Free tuition, free prescriptions, uh, the first hospital phase, additional funding to hospitals. There has always been, Mm -hmm. Investments, but we had to do them. they fiscally responsible, okay. So locally, amongsie, we Ontario debt which we generate, they are fiscally responsible. होना पड़ाया, so that side of the economy हो oh, strengthened कर oh, सकीये, Vad सके. तो यही ऐसी कार्यरहया होने पिछले साल तो लाइक ही होनता ही ऐसी ऐसी जड़ी या fiscally responsible of mm the -hmm. budget balance करके तो फिर भी यह investments कर रहे हैं. So it's important to take the time. Mm -hmm. To make sure that we were fiscally responsible, to make sure that economically we were doing the right things, and now we're ready to make those investments. What is the party election day kind of platform um, look On the main platform, they are a lot of pieces of Saranu they I think we're slowly developing. We are out there. We're listening to people, as if the community, the evazia, the sonreya. They on the main platform pieces introduced. They are and we look forward to that ਤੁਸੀਂ ਅੱਜ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਖਾਸ ਕਰਕੇ ਆਪਣੀ ਰਾਈਡਿੰਗ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਆਪਣੇ ਵੱਲੋਂ ਮੈਂ ਇਹੀ ਕਹੂੰਗੀ ਵੀ ਸਾਡੀ ਪੂਰੀ ਕੋਸ਼ਿਸ਼ ਰਹੀ ਆ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦੀ ਇਸੇ ਤਰ੍ਹਾਂ ਸਾਡੀ ਕੋਸ਼ਿਸ਼ ਰਹੂਗੀ ਵੀ ਅੱਗੇ ਜਾ ਕੇ ਤੁਹਾਡੀ ਆਵਾਜ਼ ਅੱਗੇ ਲਚਾਈਏ ਉਮੀਦ ਰੱਖਦੀ ਆਂ ਜਿਸ ਤਰ੍ਹਾਂ ਅੱਗੇ ਤੁਸੀਂ ਮੇਰੀ ਮਦਦ ਕਰਦੇ ਆਏ ਮੇਰਾ ਸਾਥ ਦਿੰਦੇ ਆਏ ਆ ਅੱਗੇ ਤੋਂ ਵੀ ਇਸੇ ਤਰ੍ਹਾਂ ਦਿੰਦੇ ਆਉਂਗੇ ਹਰਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਗੱਲ ਦੀ ਤੁਹਾਨੂੰ ਸ਼ਾਬਾਸ਼ ਦੇਣੀ ਬਣਦੀ ਹੈ ਕਿ ਤੁਸੀਂ ਆਪਣੇ ਪਿਤਾ ਜੀ ਸਾਹ ਗੁਰਵਖ ਸਿੰਘ ਮੱਲੀ ਜਿਹੜੇ ਕਿ ਸਾਡੇ ਲਗਾਤਾਰ 6 ਵਾਰ ਮੈਂਬਰ ਪਾਰਲੀਮੈਂਟ ਰਹੇ ਨੇ ਤੇ ਉਹਨਾਂ ਦਾ ਤੁਹਾਡੇ ਸਿਰ ਤੇ ਹਥਿਆਰ ਉਹਨਾਂ ਨੇ ਤੁਹਾਨੂੰ ਗੁੜਤੀ ਐਸੀ ਦਿੱਤੀ ਆ ਕਿ ਤੁਸੀਂ ਆਪਣੇ ਖੇਤਰ ਦੇ ਵਿੱਚ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਇੱਕ ਕਟੂਮਰ ਦੇ ਵਿੱਚ ਬਹੁਤ ਜ਼ਿਆਦਾ ਸਫਲ ਰਹੇ ਹੋ ਤੇ ਵਧੀਆ ਕਾਮਯਾਬ ਰਹੇ ਹੋ ਤੇ ਤੁਹਾਨੂੰ ਸਾਡੇ ਵੱਲੋਂ ਸ਼ੁਭ ਸ਼ਾਮਾਂ ਤੇ ਆਸ ਕਰਦੇ ਹਾਂ ਕਿ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਤੁਸੀਂ ਇੱਕ ਵਾਰ ਫਿਰ ਜਿੱਤ ਪ੍ਰਾਪਤ ਕਰੋਗੇ ਅਸੀਂ ਆਪਣੇ ਵੱਲੋਂ ਤੁਹਾਨੂੰ ਇਸ ਗੱਲ ਦੀ ਵਧਾਈ ਦਿੰਦੇ ਹਾਂ ਕਿ ਤੁਸੀਂ ਹੁਣ ਪਿਤੇ ਸਾਲਾਂ ਦੇ ਵਿੱਚ ਜੋ ਤੁਸੀਂ ਪ੍ਰਾਪਤੀਆਂ ਦੱਸਿਆ ਨੇ ਕਿ ਉਹਦੇ ਵਿੱਚ ਤੁਸੀਂ ਬਹੁਤ ਵੱਡਾ ਯੋਗਦਾਨ ਪਾਇਆ ਤੁਹਾਡਾ ਸਟੂਡੀਓ 'ਚ ਆਉਣ ਲਈ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਜੀ ਇਹ ਸੀ ਹਰਿੰਦਰ ਕੌਰ ਮੱਲੀ ਜੀ ਜਿਨ੍ਹਾਂ ਨੇ ਆਪਣੇ ਸਰਕਾਰ ਦੀਆਂ ਸਾਢੇ 3 ਸਾਲ ਦੀਆਂ ਪ੍ਰਾਪਤੀਆਂ ਦੱਸੀਆਂ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਉਹਨਾਂ ਦੀ ਸਰਕਾਰ ਵੱਲੋਂ ਕਿਹੜਾ ਪਲੇਟਫਾਰਮ ਜਿਹੜਾ ਆਏਗਾ ਉਹ ਲੈਕ ਇਲੈਕਸ਼ਨ ਪਲੇਟਫਾਰਮ ਬਣਦਾ ਜਾਵੇਗਾ ਉਹਦੇ ਲਈ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਲਦੀ ਇਹਦੇ ਬਾਰੇ ਫੈਸਲਾ ਕਰ ਲਈ ਪਾਰਟੀ ਤੇ ਆਸ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਤੇ ਆਪਣੇ ਵਿਚਾਰ ਤੁਸੀਂ ਸਾਨੂੰ ਹੇਠ ਲਿਖੇ ਈਮੇਲ ਤੇ ਪੇਸ ਸਕਦੇ ਹੋ ਪ੍ਰੌਮ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੇ ਹਫਤੇ ਅਸੀਂ ਕਿਸੇ ਹੋਰ ਮਹਿਮਾਨ ਦੇ ਨਾਲ ਇਸ ਪ੍ਰੌਮ ਦੇ ਵਿੱਚ ਫਿਰ ਆਜ ਰੋਵਾਂਗੇ ਪ੍ਰੌਮ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ